ਕਿੱਥੇ ਮੈਂ ਜਾਂਦਾ ਲੋਕੀ ਬਹੁਤ ਪਿਆਰ ਅਨੰਦਪੁਰ ਸਾਹਿਬ ਜਾਈਏ ਉੱਥੇ ਫੋਟੋ ਤੇ ਫੋਟੋ ਅੰਬਰਸਰ ਮੱਥਾ ਟੇਕਣ ਜਾਈਏ ਉੱਥੇ ਫੋਟੋ ਤੇ ਫੋਟੋ ਮੈਨੂੰ ਲੱਗਦਾ ਹੁਣ ਤੀਤ ਮੇਰੇ ਨਾਲ ਫੋਟੋ ਕੇਰੀ 18 ਲੱਖ ਤੋਂ ਉੱਤਾਂ ਫੋਟੋ ਹੋ ਚੁੱਕੀਆਂ ਹਨ ਹਾਂ ਜਿੰਦਗੀ ਆਪਣੀ ਤਾਂ ਬਹੁਤ ਵਧੀਆ ਚੱਲਣ ਢਈ ਆ ਕੇ ਹਾਂ ਕੰਮ ਕਰ ਤੇ ਜਾਈਦਾ ਘਰਦਿਆਂ ਨਾਲ ਹੁਣ ਆਪਣ ਸੰਗਾ ਸਾਹਿਬ ਨੇ ਚੁੱਕ ਲਿਆ ਵਾ ਹੁਣ ਸੰਗਾ ਸਾਹਿਬਾਂ ਦੇ ਨਵੀਆਂ ਫਿਲਮਾਂ ਗਾਣੇ ਕਮੇਡੀ ਵੀਡੀਓ ਆਪਾਂ ਬਣਾਵਾਂਗੇ ਹਾਂ ਜੀ ਮੱਥਾ ਟੇਕਣ ਆਏ ਸੀ ਮੈਂ ਤੇ ਮੁੱਖ ਮੰਤਰੀ ਸਾਹਿਬ ਅੱਛਾ ਤੇ ਉਧਰੋਂ ਤੁਹਾਡਾ ਪਿਆਰ ਮਿਲਿਆ ਸਾਨੂੰ ਤੇ ਬੜਾ ਵਧੀਆ ਆ ਦੇਖੋ ਸਾਡੇ ਕੋਸ਼ ਪੰਜਾਬੀ ਕੀ ਤੋਣਗੇ ਕੁਝ ਪੰਜਾਬੀ ਫਿਲਮਾਂ ਆਉਣਗੀਆਂ ਕੋਈ ਹੁਣ ਗਾਲਾਂ ਕੋਈ ਰੈਪ ਤੁਹਾਡਾ ਕੋਈ ਤਿਆਰ ਕੀਤਾ ਗਿਆ ਕੋਈ ਹਾਂ ਜੀ ਤਿਆਰ ਤੇ ਆਪਾਂ ਕੀਤਾ ਹੈ ਕਿ ਆ ਗਿਆ ਆਪਣਾ YouTube ਤੇ ਉਹ ਆਪਣਾ ਗਹਿਰੀ ਮੰਡੀ ਦਾ ਬੰਦਾ ਆ ਆਪਣੇ ਜੰਡੇ ਵਾਲੇ ਕੋਲ ਤੇ ਉਹਨੇ ਕੀਤਾ ਆਪਣਾ ਨਵਾਂ ਗਾਣਾ ਖੁੰਡ ਪੁਰਾਣਾ ਉਹ ਆਪਣਾ ਚੈਨਲ ਤੇ ਗਾਣਾ ਆ ਚੁੱਕਾ ਅੱਜ ਤੱਕ ਜ਼ਿੰਦਗੀ 'ਚ ਬੜੇ-ਬੜੇ ਵੇਖੇ ਮੈਂ ਵੱਡੇ-ਵੱਡੇ ਬਈਲੇ ਨੇ ਚਪੜਾ ਨਾਲ ਸਿੱਖੇ ਮੈਂ ਮੈਂ ਛੱਡੇ ਬਦਮਾਸ਼ੀ ਤਾਂ ਸ਼ਰੀਫ ਨਹੀਂ ਹੋ ਗਿਆ ਕੱਟ ਦੇਵਾ ਬਹੁਤ ਜਿਹਦੇ ਸਾਹ ਬਣੇ ਖਲੋ ਗਿਆ ਜੋ ਰੱਬ ਕਰੀ ਜਾਂਦਾ ਬਹੁਤ ਸੋਹਣਾ ਕਰੀ ਜਾਂਦਾ ਚਰੀ ਆਣੀ ਸੋਚਿਆ ਨਹੀਂ ਸੀ ਤੇ ਐਨੇ ਆਣੀ ਇੱਕ ਮਸ਼ਹੂਰ ਹੋ ਜਾਂਗੇ ਵਰਲਡ 'ਚ ਹਮ ਹਮ ਆਰੇ ਖਿਆਲ ਨਾਲ ਤੋਤਾ ਜੰਮਿਆ ਨਹੀਂ ਹੁਣ ਮੈਂ ਛੋਟਾ ਹੁੰਦਾ ਕਰਦਾ ਸੀ ਫੋਨ ਜੱਗੇ ਡਾਕ ਨੂੰ ਤੈਨੋਂ ਨਹੀਂ ਪਤਾ ਜਾ ਕੇ ਪੁੱਛਤ ਰੇ ਬਾਪੂ ਸਸੀਕਾ ਦੋਸਤੋ ਰਜਨਾ ਸਪੋਕਸ ਵਿੱਚ ਤੁਸੀਂ ਦੇਖ ਰਹੇ ਹੋ ਤੇ ਮੈਂ ਹਕੁਲੀ ਸੰਦੀਪਾ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਉਹ ਦੋ ਸਟਾਰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਮਿਲੌਣ ਜਾ ਰਹੇ ਹਾਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਫੇਸਬੁੱਕ ਤੇ YouTube ਤੇ ਦੇਖਦੇ ਪਏ ਹੋ ਜਿਹੜੇ ਕਿ ਹਮੇਸ਼ਾ ਲੋਕਾਂ ਕੋਲ ਵਿਚਰਦੇ ਰਹਿੰਦੇ ਆ ਲੋਕਾਂ ਦੇ ਰਹਿ ਧਰਕਰ ਬਣ ਚੁੱਕੇ ਆ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਪਾਪੂਲਰ ਜਗੇ ਆ ਸਭ ਤੋਂ ਪਹਿਲਾਂ ਕਸ਼ਮੀਰ ਸੇ ਸੰਗਾ ਜੀ ਤੇ ਧਮਕ 20 ਮੱਖ ਮੰਤਰੀ ਜਿੰਨਾਂ ਨੂੰ ਅਸੀਂ ਮੁੱਖ ਮੰਤਰੀ ਕਹਿੰਨੇ ਆ ਮੁੱਖ ਮੰਤਰੀ ਕਰਕੇ ਹੀ ਵਰਲਡ ਵਿੱਚ ਪੂਰੇ ਮਸ਼ਹੂਰ ਨੇ ਪੰਜਾਬ ਜੇ ਨਹੀਂ ਪੂਰੇ ਵਰਲਡ ਵਿੱਚ ਮਸ਼ਹੂਰ ਇੱਕ ਹੁੰਦਾ ਬੰਦਾ ਵੀ ਸਿਰਫ ਤਰਨ ਤੰਦ ਜਿਹੜਾ ਦਾ ਪੰਜਾਬ ਰੰਦਾ ਲੇਕਿਨ ਇਹ ਜਿਹੜੇ ਦੋਵੇਂ ਸ਼ਖਸੀਤਾ ਇਹ ਜਿਹੜਿਆ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਇਹ ਦੋਵਾਂ ਵਰਲਡ ਫੇਮਸ ਜਿਹੜੀਆਂ ਆਗੀਆਂ ਜਿਹੜੀਆਂ ਸੋਸ਼ਲ ਮੀਡੀਆ ਸਟਾਰ ਬਣੀਆਂ ਨੇ ਤੇ ਆਓ ਅੱਜ ਇਹਨਾਂ ਕੋਲ ਜਾਣਕਾਰੀ ਲੈ ਲਈਏ ਆ ਕਿਉਂਕਿ ਦੋਨੋਂ ਅੱਜ ਸਾਨੂੰ ਇਹ ਜਿਹੜੀਆਂ ਸਖਸ਼ਿਤਾ ਮਿਲੀਆਂ ਵਾ ਮਾਰਕੀਟ ਵਿੱਚ ਤੁਰੇ ਜਾਂਦੇ ਪੈਸਾ ਦੋਵੇਂ ਮਾਰਕੀਟ ਵਿੱਚ ਮਿਲਦੇ ਹੋਗਾ ਹੀ ਮੈਂ ਚਲੋ ਸਾਡਾ ਕੰਮ ਹੁੰਦਾ ਕਿਉਂਕਿ ਅਸੀਂ ਪੱਤਰਕਾਰ ਆ ਸੋਸ਼ਲ ਮੀਡੀਆ ਸਟਾਰਾਂ ਨਾਲ ਸਾਡੀ ਇੰਟਰਵਿਊ ਕਰਨਾ ਸਾਡਾ ਫਰਜ਼ ਬਣਦਾ ਅੱਜ ਅਸੀਂ ਦੋਨਾਂ ਨੂੰ ਇੱਕ ਦੁਕਾਨ ਵਿੱਚ ਬਿਠਾ ਕੇ ਇੱਕ ਇੰਟਰਵਿਊ ਕਰਨ ਜਾ ਰਹੇ ਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਐ ਸਭ ਤੋਂ ਪਹਿਲਾਂ ਐ ਸੰਗਾ ਸਾਹਿਬ ਸਵਾਗਤ ਸਾਡੇ ਚੰਗਾ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਾ ਸਾਹਿਬ ਅੱਜ ਜੁੜੀ ਇਕੱਠੀ ਮਾਰਕੀਟ ਚੱਲੀ ਤਰੀ ਬੰਦੀ ਆ ਕੀ ਅੱਜੇ ਕੀ ਕੋਈ ਨਵਾਂ ਕੋਈ ਕੱਢ ਲਗੇ ਜੇ ਕੁਝ ਹਾਂ ਮਥਾ ਟੇਕਨ ਆਏ ਸੀ ਮੈਂ ਤੇ ਮੁੱਖ ਮੰਤਰੀ ਸਾਹਿਬ ਅੱਛਾ ਤੇ ਉਧਰੋਂ ਤੁਹਾਡਾ ਪਿਆਰ ਮਿਲਿਆ ਸਾਨੂੰ ਹੂੰ ਠੀਕ ਆ ਤੇ ਬੜਾ ਵਧੀਆ ਆ ਦੇਖੋ ਸਾਡੇ ਕੋਸ਼ ਪੰਜਾਬੀ ਕੀ ਤਉਣਗੇ ਹੂੰ ਕੋਸ਼ ਪੰਜਾਬੀ ਫਿਲਮਾਂ ਆਉਣਗੀਆਂ ਜੀ ਜੀ ਠੀਕ ਆ ਸਮਾਂ ਜ਼ਰੂਰ ਲੱਗਦਾ ਇਸ ਚੀਜ਼ ਨੂੰ ਹਾਂਜੀ ਹਾਂ ਤੇ ਜ਼ਰੂਰ ਮੈਂ ਤੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕਰਾਂਗੇ ਠੀਕ ਆ ਕੋ ਛੋਟੇ ਛੋਟੇ ਡਰਾਮੇ ਕਰਾਂਗੇ ਯਾਨੀ ਹੂੰ ਹੂੰ ਠੀਕ ਆ ਇੱਕ ਸਾਡੀ ਅਤਰੋ ਚਤਰੋ ਉਹਨਾਂ ਨਾਲ ਕਰਾਂਗੇ ਜ਼ਰੂਰ ਸਰਹਾਲੀ ਦੀ ਆ ਅੱਛਾ ਹਾਂ ਉਹਨਾਂ ਨਾਲ ਮੇਰੀ ਮੁਲਾਕਾਤ ਕਹਿੰਦੀ ਸੰਗਾ ਸਾਹਿਬ ਆਪਾਂ ਜ਼ਰੂਰ ਕਰਾਂਗਾ ਹੂੰ ਤੇ ਯਾਨੀ ਉਹਨਾਂ ਕੋਲ ਜਾਵਾਂਗੇ ਤੇ ਜ਼ਰੂਰ ਸਮਾਂ ਮਿਲੂ ਸਾਨੂੰ ਤੇ ਬਾਕੀ ਜੋ ਰੱਬ ਕਰਦਾ ਗੁਰੂ ਸਾਹਿਬ ਕਰਦਾ ਬਹੁਤ ਵਧੀਆ ਕਰਦਾ ਆ ਠੀਕ ਆ ਨਾ ਉਹਦੇ ਉਹਦੇ ਪੰੋਂ ਪਤਾ ਨਹੀਂ ਹਿਲਦਾ ਜੀ ਜੀ ਜੋ ਰੱਬ ਕਰੀ ਜਾਂਦਾ ਬਹੁਤ ਸੋਹਣਾ ਕਰੀ ਜਾਂਦਾ ਕਰੀ ਯਾਨੀ ਸੋਚਿਆ ਨਹੀਂ ਸੀ ਤੇ ਐਨੇ ਯਾਨੀ ਇੱਕ ਮਸ਼ਹੂਰ ਹੋ ਜਾਂਗੇ ਵਰਲਡ ਚ ਹੂੰ ਹੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੀ ਜੀ ਹਾਂ ਆ ਨਹੀਂ ਆਪਣੇ ਪੰਜਾਬ ਵਾਲਾ ਨੇ ਦਿਨਾਂ ਦਿਨਾਂ ਬਾਹਰ ਵਾਲਾ ਨੇ ਪਿੱਛੇ ਮੈਂ ਜੂਪੀ ਗਿਆ ਜੂਪੀ ਚ ਇੰਨਾ ਲੋਕਾਂ ਨੇ ਪਿਆਰ ਦਿੱਤਾ ਜੀ ਬਹੁਤ ਜ਼ਿਆਦਾ ਥਰੋਂ ਮੈਂ ਜੂਪੀ ਜੈਂਟਰੀ ਕੀਤੀ ਆ ਤੇ ਕਣੀ ਗੱਡੀ ਤੇ ਉਧਰ ਮੁਦਦ ਕਰੇ ਪੰਜਾਬੀ ਲੋਕ ਕਿ ਉਹਨਾਂ ਨੂੰ ਪਤਾ ਲੱਗਿਆ ਸੰਘਾ ਆ ਗਿਆ ਜਦ ਕਿ ਲੋਕ ਪਛਾਣਦੇ ਹਾਂ ਲੋਕਾਂ ਨੇ ਭਾਜੀ ਸਾਨੂੰ ਇੰਨਾ ਪਿਆਰ ਦਿੱਤਾ ਹੋਟਲਾਂ ਚ ਸਾਨੂੰ ਫ੍ਰੀ ਖਾਣਾ ਸੰਗਾ ਸਾਹਿਬ ਸਾਡਾ ਹੋਟਲ ਆ ਪੰਜਾਬੀ ਕਹਿੰਦੇ ਸੰਗਾ ਜੀ ਖਾਣਾ ਖਾ ਕੇ ਜਾਣਾ ਜਰੂਰ ਤੇ ਮੈਂ ਉਹਨਾਂ ਨੂੰ ਕਿਹਾ ਮਹਾ ਪਾਜੀਆ ਨਹੀਂ ਖਾਣਾ ਖਾਦਾ ਕਹਿੰਦੇ ਸੰਗਾ ਸਾਹਿਬ ਸਾਨੂੰ ਡੀ ਦੇ ਡੀ ਦੇ ਅੱਖਾਂ ਅੱਖਾਂ ਥੱਕ ਗਈਆਂ ਤੇ ਸੰਗਾ ਆਊਗਾ ਜੂਪੀ ਅੱਜ ਬਗਿਆ ਤੋਂ ਜੂਪੀ ਆਇਆ ਫਿਰ ਜੂਪੀ ਵਾਲਾ ਨੇ ਬੜਾ ਪਿਆਰ ਦਿੱਤਾ ਮੁੰਡੇ ਸਿੱਖਾ ਨੇ ਸਾਨੂੰ ਬਹੁਤ ਪਿਆਰ ਦਿੱਤਾ ਬੱਚਿਆਂ ਨੇ ਜਨਕੀ ਸਤ ਦਾ ਸਾਲ ਦੀ ਹੁਣ ਪੂਰੀ ਚੜਾਈ ਆ ਫਿਰ ਮੈਂ ਗੁਰਦਾਰੇ ਨਾਨਕ ਮਥੇ ਗਿਆ ਅੱਛਾ ਨਾਨਕ ਮਥੇ ਗੁਰਦਾਰੇ ਗਿਆ ਉੱਥੇ ਲੋਕਾਂ ਨੇ ਤਰੋਂ ਮੈਂ ਐਂਟਰੀ ਕੀਤਾ ਮਥਾ ਢੇਕਿਆ ਜਾ ਕੇ ਅੰਦਰ ਉਸੇ ਟਾਈਮ ਤੇ ਲੋਕਾਂ ਨੂੰ ਪਤਾ ਲੱਗਿਆ ਸੰਗਾ ਆ ਗਿਆ ਉੱਥੋਂ ਦੇ ਕਿਰੇ ਸੇਵਾਦਾਰ ਹੀ ਉਹਨਾਂ ਨੇ ਫਿਰ ਬਹੁਤ ਫੋਟੋ ਕਰਾਈ ਮੇਰ ਦਾ ਫਿਰ ਮੈਂ ਤਰੋਂ ਗੁਰਦਾਰੇ ਕਮਰਾ ਲਿਆ ਰਾਤ ਉੱਥੇ ਰੁਕਣਾ ਹੀ ਕਮਰੇ ਚ ਫਿਰ ਕਮਰੇ ਦੇ ਅੰਦਰ ਚੰਗ ਮੇਲਾ ਲੱਗ ਗਿਆ ਉੱਥੇ ਹਾਂ ਫਿਰ ਉੱਦੇ ਦੇ ਰੋਦ 11 ਵਜੇ 11 ਵਜੇ ਲੋਕ ਫੋਟੋ ਕਰਉਣ ਆ ਗਏ ਉਹਨਾਂ ਲੋਕਾਂ ਨੇ ਪੇਜ ਤੇ ਪਾਤੀ ਆਪਣੇ ਤੇ ਸੰਗਾ ਸਭ ਕਿਦਨ ਕੋ ਕਿਦਨ ਕੋ ਆ ਗਿਆ ਗੁਰਦਰੇ ਨਾਨਕ ਮਤੇ ਮੱਥਾ ਟੇਕਣ ਡਿਆ ਬੜੀ ਉੱਥੇ ਰਸ ਹੋ ਗਿਆ ਰਾਤ ਮੱਥਾ ਟੇਕਣਾ ਦਾ ਇਹਨਾਂ ਲੋਕ ਪਿਆਰ ਦਿੰਦੇ ਆ ਬਹੁਤ ਪਿਆਰ ਦਿੰਦੇ ਕਿੱਥੇ ਮੈਂ ਜਾਂਦਾ ਲੋਕੀ ਬਹੁਤ ਪਿਆਰ ਅਨੰਦਪੁਰ ਸਾਹਿਬ ਜਾਈਏ ਉੱਥੇ ਫੋਟੋ ਤੇ ਫੋਟੋ ਅੰਬਰਸਰ ਮੱਥਾ ਟੇਕਣ ਜਾਈਏ ਉੱਥੇ ਫੋਟੋ ਤੇ ਫੋਟੋ ਮੈਨੂੰ ਲੱਗਦਾ ਹੁਣ ਤੱਕ ਮੇਰੇ ਨਾਲ ਫੋਟੋ ਕਿਹੜੀ 18 ਲੱਖ ਤੋਂ ਉੱਤਾਂ ਫੋਟੋ ਹੋ ਚੁੱਕੀ ਐ ਇਵਨ ਇਹਨਾਂ ਦੇ ਵਿੱਚ ਕਈ ਮੰਤਰੀ ਆਮ ਪਾਰਟੀ ਦੇ ਮੰਤਰੀ ਹਰੇ ਕਿਹਨਾਂ ਨੇ ਫੋਟੋ ਕਰਾਈਆ ਠੀਕ ਹੈ ਨਾ ਕੋਈ ਗਿ ਮੈਂ ਕਹਿੰਦਾ ਕੋਈ ਗਿਣਤੀ ਨਹੀਂ ਆ ਸਾਰਾ ਪਿਆਰ ਕੇ ਰੱਬ ਦਾ ਰੱਬ ਦਾ ਪਿਆਰ ਆ ਰੱਬ ਕਰੇ ਤੇ ਫਿਰ ਸਲਾਮਾਂ ਹੁੰਦੀਆਂ ਆ ਨਹੀਂ ਤੇ ਸਲਾਮਾਂ ਕਿੱਥੋਂ ਹੁੰਦੀਆਂ ਗੁਰੂ ਸਾਹਿਬ ਕਰੇ ਤੇ ਸਭ ਕੁਝ ਹੁੰਦਾ ਆ ਅੱਛਾ ਸੰਗਤ ਸਾਹਿਬ ਇਹ ਕੁਝ ਗਾਣੇ ਕੱਢੇ ਸੀ ਆਪਾਂ YouTube ਤੇ ਗਾਣੇ ਵੀ ਆ ਕਿਦਾਂ ਫੋਕਸ ਮਿਲੇ ਗੀਤ ਦੇਖੋ ਮੇਰੇ ਤਿੰਨ ਗੀਤ ਆਏ ਬਹੁਤ ਵਧੀਆ ਗੀਤੇ ਗੀਤਾਂ ਨੇ ਬਹੁਤ ਮੇਰਾ ਪਿਆਰ ਦਿੱਤਾ ਇੱਕ ਗੀਤ ਆਇਆ ਸ਼ੇਰਾ ਬੋਰ ਵਾਲਿਆਂ ਨੇ ਗੋਲਿਆ ਸੀ ਕਿਦਨ ਕਹੋ ਕਿਦਨ ਕਹੋ ਕਹਿੰਦਾ ਕਿਦਨ ਕਹੋ ਹੈ ਬਾਹੂ ਪੈਂਟਰ ਨਹੀਂ ਪਾਉਣੀ ਪੈਂਟਰ ਨਹੀਂ ਪਾਉਣੀ ਕੱਫੀ ਨਹੀਂ ਬਾਹੂ ਪੈਂਟਰ ਨਹੀਂ ਪਾਉਣੀ ਪੈਂਟਰ ਨਹੀਂ ਪਾਉਣੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਵਰਲਡ ਚ ਗੀਤ ਚੱਲੇ ਭਾਜੀ ਵਰਲਡ ਜੀ ਲੋਕਾਂ ਨੇ ਬਾਹਰ ਕਿਸ ਤਰ੍ਹਾਂ ਬਾਹਰ ਲੋਕ ਟਰਾਲੇ ਚਲਾਉਂਦੇ ਆ ਅਮਰੀਕਾ ਯੂਕੇ ਕਈ ਲੋਕਾਂ ਨੇ ਗੱਡੀਆਂ ਤੇ ਟਰਾਲਿਆਂ ਤੇ ਲਿਖਿਆ ਕਿਦਨ ਕਹੋ ਕਿਦਨ ਕਹੋ ਟਰਾਲਿਆਂ ਤੇ ਨਾ ਚੱਲਦਾ ਕੀ ਬਾਤ ਹੈ ਦੇਖੋ ਕਈ ਹੋਟਲ ਆ ਪੰਜਾਬੀਆਂ ਦੇ ਬਾਹਰ ਯੂਕੇ ਚ ਅਮਰੀਕਾ ਚ ਉਹਨਾਂ ਨੇ ਬਾਹਰ ਮੇਰਾ ਚੇਚਾ ਨਾ ਰੇਖੇ ਲਾਇਆ ਤੇ ਕਹਿੰਦੇ ਸੰਗਾ ਸਾਹਿਬ ਕਿਦਨ ਕਹੋ ਕਿਦਨ ਕਹੋ ਮੈਨੂੰ ਫੋਟੋ ਪਾਉਂਦੇ ਹੋ ਪਰ ਕਹਿੰਦੇ ਸੰਗਾ ਦੇ ਹੋ ਟਰਾਲਿਆਂ ਤੇ ਨਾ ਤੇ ਖਾ ਰੱਬ ਦੀ ਮਿਹਰ ਉਹ ਤੇ ਫੇਰ ਆ ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਇੱਕ ਬੰਦਾ ਉਹਨੇ ਆਪਣੇ ਇੱਥੇ ਬਾਹ ਤੇ ਲਿਖਿਆ ਅੱਛਾ ਮੈਨੂੰ ਫੋਟੋ ਪਾਈ ਉਹਨੇ ਅੱਛਾ ਮੈਂ ਆ ਕੀ ਕੀਤਾ ਜੀ ਕਹਿੰਦਾ ਸੰਗਾ ਸਾਹਿਬ ਤਾਂ ਚਾਜ ਨਾ ਪੜੋ ਮੈਂ ਬਾਹ ਦੇ ਪੜਿਆ ਉਹਦੇ ਲਿਖਿਆ ਬਾਹ ਦੇ ਕਿਦਨ ਕਹੋ ਕਿਦਨ ਕਹੋ ਉਦਨ ਹੀ ਕਹੋ ਦੇਖੋ ਕਿੱਡੀ ਤਕੜੀ ਹੈ ਦੇਖੋ ਲੋਕਾਂ ਨੇ ਬ੍ਰੈਨਾ ਦੇ ਉੱਤੇ ਟੀ-ਸ਼ਰਟਾਂ ਦੇ ਉੱਤੇ ਲਿਖਿਆ ਕਿਦਨ ਕਹੋ ਕਪੀ ਨਹੀਂ ਬਾਉ ਕਪੀ ਨਹੀਂ ਇਹ ਇਹ ਜਿਹੜਾ ਹੁਣ ਜਿਹੜਾ ਜਿਹੜਾ ਤੁਹਾਡਾ ਡਾਇਲੋਗ ਹੈਗਾ ਇਹ ਲਾਦਰ ਜਿੱਟੇ ਕਰਾਉਣਾ ਪੈਂਦਾ ਤੁਹਾਨੂੰ ਦੇਖੋ ਜੀ ਮੈਂ ਦੱਸਦਾ ਕਿ ਹਜੂਰ ਸਾਹਿਬ ਦੇ ਅੰਦਰ ਮੱਥਾ ਟੇਕਣ ਗਏ ਕੋ ਸਿੰਘ ਹਾਂਜੀ ਕਹਿੰਦੇ ਸੰਗਾ ਸਾਹਿਬ ਤੁਹਾਨੂੰ ਅਰੀ ਮੱਥਾ ਟੇਕੇ ਨਿਕਲੇ ਆ ਤੇ ਸਾਹਮਣੇ ਇੱਕ ਬਾਜ਼ਾਰ ਹੈ ਕਹਿੰਦਾ ਉਹਦੇ ਸਾਹਮਣੇ ਦਾ ਟੀ-ਸ਼ਰਟਾਂ ਠੰਗੀਆਂ ਹੂੰ ਹੂੰ ਕਹਿੰਦਾ ਉਹਦੇ ਉੱਤੇ ਦੇਖਿਆ ਕਿਦਨ ਕਹੋ ਕਿਦਨ ਕੋ ਫੋਟੋ ਲੱਗੀ ਕਹਿੰਦਾ ਮੈਂ ਆਹ ਦੇਖੋ ਧਾਨਿਆ ਸੰਗਾ ਸਾਹਿਬ ਕਿੱਥੇ ਆਏ ਆ ਹੈ ਠੀਕ ਆ ਗਏ ਟੀ-ਸ਼ਰਟਾਂ ਦੇ ਆ ਗਏ ਸੋਚਿਆ ਸੀ ਸੋਚਿਆ ਸੀ ਕਦੀ ਪੀਦਾ ਕੋਈ ਆ ਸਾਰੇ ਬਾਬਾ ਬੁੱਢਾ ਬਾਬਾ ਬੁੱਢਾ ਜੀ ਦੀ ਮੇਹਰਿਆ ਗੁਰੂ ਰਾਮਦਾਸ ਦੀ ਮੇਹਰ ਆ ਮਾਰਾ ਗੁਰੂ ਅਰਜਨ ਸਾਹਿਬ ਦੀ ਮੇਹਰਿਆ ਇਹਨਾਂ ਕਰਕੇ ਸਾਰਾ ਕੁਝ ਹੋਇਆ ਆ ਠੀਕ ਆ ਅਸੀਂ ਇੱਕ ਮਹਾਰਾਜ ਦੇ ਘਰ ਦੇ ਕੁੱਤੇ ਆ ਠੀਕ ਆ ਨਾ ਗੁਰੂ ਮਿਹਰ ਕਰੇ ਤੇ ਕੁੱਤੇ ਆ ਜਾਨ ਪਾ ਲੰਦਾ ਆ ਸਾਡੇ ਚ ਜਾਨ ਪਾਈ ਆ ਗੁਰੂ ਸਾਹਿਬ ਨੇ ਤਾਨੀ ਧੰਨਵਾਦ ਕਰਦੇ ਆ ਲੋਕਾਂ ਦਾ ਸਾਰੇ ਕਿੰਨੇ ਪੰਜਾਬੀ ਸਿੱਖ ਵੱਚ ਤੇ ਦੁਨੀਆ ਤੇ ਤਾਨੀ ਇਹਨਾਂ ਦਾ ਭਲਾ ਹੀ ਮੰਗੀਦਾ ਗੁਰੂ ਸਾਹਿਬ ਮਹਾਰਾਜ ਜਨਾਂ ਦੀ ਚੜ੍ਹਦੀ ਕਲਾ ਉਮਰ ਕਰੇ ਮਾ ਗੁਰੂ ਸਾਹਿਬ ਮੇਰ ਕਰੇ ਜੀ ਸਾਹਿਬ ਕੋ ਨਵਾਂ ਹੁਣ ਕੋ ਗਾਣਾ ਨਵਾਂ ਲਗਾ ਹਾਂ ਨਵਾਂ ਗੀਤ ਕਰਾਂਗੇ ਮੈਂ ਤੇ ਮੁੱਖ ਮੰਤਰੀ ਸਾਹਿਬ ਕਰਾਂਗੇ ਅੱਛਾ ਹਾਂ ਬਾਅਦ ਚ ਥੋੜੇ ਦਿਨਾਂ ਨੂੰ ਤੁਹਾਨੂੰ ਪਹਿਲੇ ਤੁਹਾਨੂੰ ਦੱਸਾਂਗੇ ਕੋਈ ਵੀਡੀਓ ਵੀ ਕੋਈ ਫਿਲਮ ਵੀ ਆ ਰਹੀ ਕੋਈ ਪੰਜਾਬੀ ਪਤਾ ਲੱਗਾ ਜੰਗਲ ਜੰਗਲ ਕੰਮ ਲੱਗੇ ਮੈ ਲੱਗਦਾ ਕੋਈ ਪੰਜਾਬੀ ਫਿਲਮ ਸਾਡੀਆਂ ਦੋ ਹੋਣ ਕਿਆਂ ਅੱਛਾ ਜੀ ਬਾਕੀ ਉਹ ਤੁਹਾਨੂੰ ਆਣੀ ਪਹਿਲੋ ਦੱਸਾਂਗੇ ਹੂੰ ਹੂੰ ਤੁਹਾਨੂੰ ਦੱਸ ਕੇ ਕਿਦਨ ਕੋ ਕਿਦਨ ਕੋ ਕਰਾਵਾਂਗੇ ਠੀਕ ਹੈ ਨਾ ਹਾਂ ਜਰੂਰ ਦੱਸਾਂਗੇ ਬਾਕੀ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਪਿਆਰ ਆ ਤੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਆ ਠੀਕ ਹੈ ਨਾ ਬੜੀ ਧਮਕ ਪਾਉਂਦੇ ਰਹੇ ਆ ਕਿਦਰ ਹੋ ਇਹਨਾਂ ਨੇ ਧਮਕ ਪਾਈ ਆ ਅਮਰੀਕਾ ਗੂੰਜੇ ਦੀ ਪਤਾ ਲੱਗਦਾ ਹੈ ਅਮਰੀਕਾ ਚ ਤੇ ਮੁੱਖ ਮੰਤਰੀ ਸਾਹਿਬ ਨੇ ਧਮਕ ਪਾਈ ਬਿਲਕੁਲ ਸਹੀ ਗੱਲ ਹੈ ਜੀ ਧਮਕਪ੍ਰੀਤ ਨਾਮ ਦੇ ਨਾਲ ਮਸ਼ਹੂਰ ਮੁੱਖ ਮੰਤਰੀ ਦੀਨੇਵਾਲ ਜਿਹਦਾ ਵਾਕਈ ਵਰਲਡ ਫੇਮਸ ਇੱਕ ਸਟਾਰ ਆ ਜਿਨੇ ਰੈਪ ਬੋਲ ਕੇ ਰੈਪ ਜੋ ਲਿਆਂਦਾ ਤੇ ਵਾਕਈ ਲੋਕਾਂ ਦੀ ਰੜਕੜ ਮਨ ਗਿਆ ਤਾਂ ਉਹ ਸ਼ਖੀਰ ਸਾਡਾ ਮੌਜੂਦ ਆ ਵੀ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਬਹੁਤ ਸਵਾਗਤ ਹੈ ਆਪਣੇ ਰਜਾਨਾ ਸਪੋਕਸਮੈਨ ਆਪਣੇ ਚੈਨਲ ਆ ਰਹੇ ਨੇ ਕਿਵੇਂ ਜ਼ਿੰਦਗੀ ਹੁਣ ਕਿੱਦਾਂ ਚੱਲਦੀ ਪਈ ਹੈ ਹਾਂਜੀ ਜ਼ਿੰਦਗੀ ਆਪਣੀ ਇੰਦਾ ਬਹੁਤ ਵਧੀਆ ਚੱਲਣ ਢਈ ਆ ਕੇ ਹਾਂਜੀ ਹਾਂਜੀ ਕੰਮ ਕਰ ਤੇ ਜਾਈਦਾ ਕਰਦੇ ਆ ਨਾਲ ਹੁਣ ਆਪਾਂ ਸੰਗਾ ਸਾਹਿਬ ਨੇ ਚੁੱਕ ਲਿਆ ਵਾ ਹੁਣ ਸੰਗਾ ਸਾਹਿਬਾਂ ਦੇ ਨਵੀਆਂ ਫਿਲਮਾਂ ਗਾਣੇ ਕਮੇਡੀ ਵੀਡੀਓ ਆਪਾਂ ਬਣਾਵਾਂਗੇ ਹਾਂਜੀ ਸ਼ਾਬਾਸ਼ ਜੀ ਈ ਨਵਾਂ ਸੋਚ ਰਾ ਹੁਣ ਕੀ ਮਾਰਕੀਟ ਕੀ ਲੈ ਕੇ ਨਵਾਂ ਹਾਂਜੀ ਹਾਂਜੀ ਮਾਰਕੀਟ ਜੋ ਸੰਗਾ ਸਾਹਿਬ ਸੋਚਣਗੇ ਉਹ ਲੈਵਾਂਗੇ ਹਾਂਜੀ ਅੱਛਾ ਕੋਈ ਹੁਣ ਗਾਣਾ ਕੋਈ ਰੈਪ ਤੁਹਾਡਾ ਕੋਈ ਤਿਆਰ ਕੀਤਾ ਗਿਆ ਕੋਈ ਹਾਂਜੀ ਤਿਆਰ ਤੇ ਆਪਾਂ ਕੀਤਾ ਹੈ ਕਿ ਆ ਗਿਆ ਆਪਣਾ YouTube ਤੇ ਆਪਣਾ ਗਹਿਰੀ ਮੰਡੀ ਦਾ ਬੰਦਾ ਆ ਆਪਣੇ ਜੰਡੇ ਵਾਲੇ ਕੋਲ ਤੇ ਉਹਨੇ ਕੀਤਾ ਆਪਣਾ ਨਵਾਂ ਗਾਣਾ ਖੁੰਡ ਪੁਰਾਣਾ ਉਹ ਆਪਣਾ ਚੈਨਲ ਤੇ ਗਾਣਾ ਆ ਚੁੱਕਾ ਵਾ ਲਾਲ ਰੰਗ ਦਾ ਬੜਾ ਵਧੀਆ ਪੋਸਟਰ ਆ ਉਹ ਬੰਦਾ ਉਹਨੇ ਕੀਤਾ ਗਾਣਾ ਆਪਣਾ ਇਦਾਂ ਅੱਜ ਤੱਕ ਜ਼ਿੰਦਗੀ ਚ بڑے بڑے ਵੇਖੇ ਮੈਂ ਵੱਡੇ ਵੱਡੇ ਬਾਈਲੇ ਨੇ ਚਪੜਾ ਨਾਲ ਸਿੱਖੇ ਮੈਂ ਮੈਂ ਛੱਡੇ ਬਦਮਾਸ਼ੀ ਤਾਂ ਸ਼ਰੀਫ ਨਹੀਂ ਹੋ ਗਿਆ ਕੱਟ ਦੇਵਾ ਬਹੁਤ ਜਿਹਦੇ ਸਾਬਣੇ ਖਲੋ ਗਿਆ ਮੈਂ ਛੱਡਿਆ ਨਹੀਂ ਵੈਰੀ ਜੜਾ ਚੰਬਿਆਣੀ ਹੋਣਾ ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆਣੀ ਹੋਣਾ ਮੈਂ ਛੋਟਾ ਹੁੰਦਾ ਕਰਦਾ ਸੀ ਫੋਨੋ ਜੱਗੇ ਡਾਕੂ ਨੂੰ ਤੈਨੂੰ ਨਹੀਂ ਪਤਾ ਜਾ ਕੇ ਪੁੱਛ ਤਰੇ ਬਾਪੂ ਨੂੰ ਅੱਜ ਇਹਦਾ ਦੂਜਾ ਭਾਗ ਇੱਕ ਗਵਾਡੀ ਆਦਾ ਰੈਪ ਇਦਾਂ ਅੱਜ ਕਈ ਸਾੜੇ ਜੇ ਜੇ ਨਾ ਵਿਵਾਦ ਪਾੜਦੇ ਸਾੜੇ ਅੱਲਾ ਸੇ ਵਿੱਚੋਂ ਦੁੱਧ ਦੱਸਵਾਦ ਪਾੜਦੇ ਗੱਲ ਉਹਦੇ ਹੁੰਦੇ ਜੇ ਦੇ ਗੱਲਬਾਤ ਹੁੰਦੀ ਆ ਸੁਣੇ ਬੇਡ ਗਾਵੇ ਜਨਾ ਦੀ ਔਕਾਤ ਹੁੰਦੀ ਆ ਤਨ ਬਾਦ ਜੋ ਕਮੈਂਟਾਂ ਵਿੱਚ ਗਾਲਾਂ ਕੱਢਦੇ ਜਿਹੜੇ ਪੌਂਕਦੇ ਹੁੰਦੇ ਆ ਕੁੱਤੇ ਕਿਥੇ ਵੜਦੇ ਸਾੜੇ ਅਕੇ ਅਦੇ ਗਲਤੀ ਤਾਂ maaf ਹੁੰਦੀ ਆ ਮਜ਼ਾ ਆਉਂਦਾ ਜਦੋਂ ਦੁਣੀਂਗਾ ਖਲਾਫ ਹੁੰਦੀ ਆ ਅਰੇ ਬੜਾ ਕੰਮ ਤੋਂ ਗਲਤੀ ਨਾ ਕਰੋ ਤੇ ਨਾ ਖਲਾਫ ਹੋ ਹਾਂ ਜੀ अच्छा ते किस्सा ਹੁਣ ਮਾਰਕੀਟ ਚ ਤੁਸੀਂ ਨਵਾਂ ਦਾ ਗਾਣਾ ਆਇਆ ਕਿਸਾ ਨੂੰ ਰਿਸਪੌਂਸ ਕਿਦਾਂ ਮਿਲਿਆ ਕਿਦਾਂ ਲੋਕਾਂ ਦਾ ਪਿਆਰ ਕਿਨਾਂ ਮਿਲਿਆ ਹਾਂਜੀ ਰਿਸਪੌਂਸ ਤੇ ਬਹੁਤ ਵਧੀਆ ਮਿਲਿਆ ਹਾਂਜੀ ਹਾਂਜੀ ਸਾਰਾ ਰਿਸਪੌਂਸ ਦੇਣ ਦਾ ਵਧੀਆ ਦੇਣ ਆ ਜਿਹੜੇ ਰਿਸਪੌਂਸ ਦਿੰਦੇ ਆਪਨੂੰ ਬਹੁਤ ਧੰਨਵਾਦ ਉਹਨਾਂ ਦਾ ਅਣੀ ਸੰਕਾ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਵੱਤ ਵਦ ਲਾਇਕ ਪਸੰਦ ਸ਼ੇਅਰ ਕਰੋ ਅਣੀ ਮਾਰਾ ਸਾਰਾਂ ਦਾ ਪੜਾ ਕਰੇ ਕੀ ਬਾਤਾਂ ਤਾਂ ਮਾਰਕੀਟ ਅੱਜ ਪਹੁੰਚੇ ਹੋ ਅੱਜ ਕਿਦਾਂ ਫਿਰ ਲੋਕਾਂ ਦੀ ਪੀੜ ਮਿਕਰ ਮਿਲੀ ਲੋਕਾਂ ਤੋਂ ਕੀ ਲਿਆ ਫਿਰ ਹਾਂ ਜੀ ਲੋਕਾਂ ਦੇ ਬਹੁਤ ਆਪਣ ਫੜ ਕੇ ਰੱਖਿਆ ਹੰਦੇ ਮੰਤਰੀ ਸਾਹਿਬ ਨਾਲ ਫੋਟੋ ਖਿਚਾਉਣੀ ਹੈ ਹਾਂ ਜੀ ਬਹੁਤ ਧੰਵਾ ਸਾਰਿਆਂ ਦਾ ਅੱਛਾ ਹੁਣ ਕੰਮਕਾਰ ਕਿੱਸਾ ਚੱਲਦਾ ਪਿਆ ਵਾ ਹਾਂ ਜੀ ਕੰਮਕਾਰ ਆਪਣਾ ਬਹੁਤ ਵਧੀਆ ਚੱਲਣ ਡਿਆ ਕੇ ਚੱਲਦਾ ਜਾਣਾ ਇੱਦਾਂ ਹੀ ਚੱਲਦਾ ਜਾਣਾ ਅੱਛਾ ਫਿਲਮ ਨਾਲ ਸੰਗਾ ਸਾਹਿਬ ਨਾਲ ਫਿਲਮ ਕਰਨੀ ਹੈ ਕਿ ਜਾਂ ਕੱਲੀ ਅਗ ਲਗ ਲਗ ਕਰਨੀ ਹਾਂ ਜੀ ਇਕੱਠੇ ਕਰਾਂਗੇ ਕਿ ਰਲ ਮਿਲ ਕੇ ਹਾਂ ਜੀ ਆਪਣੇ ਪੈਸੇ ਲਾਉਣੇ ਹਾਂ ਜੀ ਆਪਣੇ ਪੈਸੇ ਨਹੀਂ ਸੰਗਾ ਸਾਹਿਬ ਨੇ ਲਾ ਦੇਣੇ ਆਪਾਂ ਨੂੰ ਕੋਈ ਲੋੜ ਨਹੀਂ ਕੀਆ ਬਹੁਤ ਸੰਗਾ ਸਾਹਿਬ ਆਪਣੇ ਪੈਸੇ ਲਾ ਕੇ ਫਿਲਮ ਕੱਢਦੀਆਂ ਆ ਕਿ ਜਾਂ ਕੋਈ ਪ੍ਰੋਡਿਊਸ ਕਰਦਾ ਪਿਆ ਕੋਈ ਨਹੀਂ ਕੋਈ ਕੰਪਨੀ ਸਾਡੇ ਤੇ ਲਾਊਗਾ ਪੈਸੇ ਹਾਂ ਕੁਝ ਕੰਪਨੀ ਨੇ ਪੈਸੇ ਲੈਣੇ ਆ ਤੇ ਮੈਂ ਮੁੱਖ ਮੰਤਰੀ ਸਾਹਿਬ ਦੱਬ ਦਾਂਗੇ ਧਮਕ ਪਾ ਦਾਂਗੇ ਦੋਵੇਂ ਦੋਵੇਂ ਖਟੀਆਂ ਪੱਗਾਂ ਦੇਖੋ ਹਾਂ ਅਜ ਅੰਦਾਜ਼ਨ ਨਾ ਲੱਗ ਜੇ ਮਿਰਚਾਂ ਵਾਰਨੀਆਂ ਪੈਣੀਆਂ ਉੱਥੋਂ ਦੀ ਹੈਂ ਤੋਂ ਮੁਖੰਦਰੀ ਸਾਹਿਬ ਕੀ ਗਾਣਾ ਬੋਲਦੇ ਤੇ ਵਾਰ ਕੇ ਮਿਰਚਾਂ ਸੂਟ ਮੇਰੇ ਤੋਂ ਮਾਈਂ ਹਾਂ ਜੀ ਨਹੀਂ ਨਹੀਂ ਮਿਰਚਾਂ ਜਰੂਰ ਵਾਰਾਂਗੇ ਸੰਗਾ ਸਾਹਿਬ ਤੋਂ ਹਾਂ ਜੀ ਮਿਰਚਾਂ ਲਿਆਵਾਂਗੇ ਕੋਈ ਨਹੀਂ ਅਰ ਸੰਗਾ ਸਾਹਿਬ ਵਰਗੀ ਪੱਗ ਨਹੀਂ ਕੋ ਬਨ ਸਕਦਾ ਨਹੀਂ ਨਹੀਂ ਪੱਗ ਕ ਨਹੀਂ ਸੰਗਾ ਸਾਹਿਬ ਵਰਗੇ ਕੋਈ ਬਨ ਸਕਦਾ ਸੰਗਾ ਸਾਹਿਬ ਦੀ ਪੱਗ ਬਲਾਨ ਕਿਥੋਂ ਲਿਆਉਂਦੇ ਬਨ ਕੇ ਆ ਤੇ ਖੇ ਜੀ ਬੜੇ ਬੜੇ ਉੱਤੋਂ ਲਿਆ ਕੇ ਪੇਜੇ ਮਾਰਦੇ ਗਾ ਨੂੰ ਬਹੁਤ ਸੋਹਣੀ ਪੱਗ ਹੈ ਸੰਗਾ ਸਾਹਿਬ ਦੇ ਸਰਦਾਰੇ ਹਾਂ ਜੀ ਸੰਗਾ ਸਾਹਿਬ ਦੇ ਤਿੱਖੇ ਛਾਣਿਆ ਹਾਂ ਜੀ ਸ਼ਾਬਾਸ਼ ਆ ਬਿਲਕੁਲ ਜੀ ਦੋਨੋਂ ਟਿਕਟੌਕ ਸਟਾਰ ਸੋਸ਼ਲ ਮੀਡੀਆ ਸਟਾਰ ਨੇ ਤੇ ਨਵੀਂ ਇੱਕ ਵੀਡੀਓ ਜਾਂ ਨਵਾਂ ਗਾਣਾ ਇਹਨਾਂ ਦੇ ਮਾਰਕੀਟ ਵਿੱਚ ਬਹੁਤ ਜਲਦ ਤੜ ਤੱਕ ਪਹੁੰਚਾ ਰਹੇ ਨੇ ਬੜੀ ਖੁਸ਼ੀ ਹੋਈ ਦੋਨਾਂ ਸਟਾਰ ਮਿਲ ਕੇ ਕਿਉਂਕਿ ਇਹਨਾਂ ਦਾ ਜਿਹੜਾ ਜੀਵਨ ਹੈ ਨਾ ਬੜਾ ਸਟ੍ਰਗਲ ਵਾਲਾ ਜੀਵਨ ਹੈ ਅੱਜ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ ਦੋਵਾਂ ਲੋਕ ਜਾਂਦੇ ਸੰਗਾਸਾਰ ਨੂੰ ਤਾਂ ਕਹਿੰਦੀ ਲੋੜੀ ਤਾਰੀਫ ਇਹਨਾਂ ਜਿੱਥੇ ਜਾਂਦੇ ਲੋਕ ਖੜਾ ਲੈਂਦੇ ਆ ਫੋਟੋ ਚੁਲਦੇ ਆ ਮੁੱਖ ਮੰਤਰੀ ਧਮਕ ਬੇਸ ਦੇ ਨਾਲਾਂ ਮਸ਼ਹੂਰ ਆ ਆ ਨਵੀਆਂ ਵੀਡੀਓ ਤੇ ਨਵੇਂ ਗਾਣੇ ਲੈ ਕੇ ਤੁਹਾਡੇ ਤੱਕ ਜਰੂਰ ਪਹੁੰਚਣਗੇ ਅਸੀਂ ਆਪ ਤੁਹਾਨੂੰ ਅਪੀਲ ਕਰਾਂਗੇ ਜਿਹੜੇ ਇਹਨਾਂ ਦੇ ਗਾਣੇ ਆ ਜਾਂ ਇਹਨਾਂ ਦੇ YouTube ਚੈਨਲ ਆ ਇਹਨਾਂ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਤਾਂ ਜੋ ਜਿਹੜੇ ਸਟਾਰ ਆਏ ਹੋਰ ਵੱਡੇ ਸਟਾਰ ਬਣ ਕੇ ਤੁਹਾਡੇ ਤੱਕ ਪਹੁੰਚ ਕੇ ਤੇ ਨਵੀਆਂ ਚੀਜ਼ਾਂ ਲੈ ਕੇ ਆਉਣ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਓ ਤਾਂ ਤਾਂ ਤੁਸੀਂ ਰੋਜ਼ਾਨਾ ਸਪੋਕਸ ਮੈਂ ਕੁਦੀ ਸੰਦੀਪਾ ਤਲੰਦਾਰ